ਇਸ ਕਰਕੇ ਰੱਖੀ ਵੀ ਕਈ ਦਿਨਾਂ ਤੋਂ ਇੱਕ ਕੰਪਲੇਂਟ ਆ ਰਹੀ ਸੀ ਕਿ ਜਿਹੜੇ ਉਟਾਲਾ ਪਿੰਡ ਦੇ ਕੋਲ ਪੰਪ ਦੇ ਨੇੜੇ ਕੁਆੜੀਏ ਨੇ ਇਹ ਰਾਤ ਦੇ ਸਮੇਂ ਟਰੱਕ ਡਰਾਈਵਰਾਂ ਨਾਲ ਮਿਲ ਕੇ ਜਿਹੜਾ ਗੱਡੀਆਂ 'ਚ ਬਤੌਰ ਅਮਾਨਤ ਸਮਾਨ ਲੈ ਕੇ ਜਾ ਰਹੇ ਨੇ, ਸਪੈਸ਼ਲੀ ਲੋਹੇ ਦਾ ਸਰੀਆ, ਸਕਰੈਪ, ਪੱਤੀ, ਉਹ ਇਹਨਾਂ ਨੂੰ ਚੋਰੀ ਕੁਆੜੀਏ ਜਿਹੜੇ ਨੇ ਉਹ ਟਰੱਕ ਡਰਾਈਵਰਾਂ ਤੋਂ ਲੈ ਲੈਂਦੇ ਆ ਚੋਰੀ ਬਿਨਾਂ ਮਾਲਕ ਦੀ ਰਜ਼ਾਮੰਦੀ ਤੋਂ। ਉਸ ਚੀਜ਼ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਕੱਲ੍ਹ SHO ਸਮਰਾਲਾ ਅਤੇ ਇਹਦੀ ਟੀਮ ਨੇ ਰੇਡ ਕੀਤਾ। ਉਹਦੇ ਵਿੱਚ ਇਹਨਾਂ ਨੇ 9 ਟਰੱਕ ਜਿਹੜੇ ਨੇ ਟੋਟਲ ਵੱਖ ਵੱਖ ਚੀਜ਼ਾਂ ਨੇ ਜਿਵੇਂ ਸਕਰੈਪ ਆ, ਸਰੀਆ, ਪੱਤੀ ਆ, ਲੋਹੇ ਦੀਆਂ ਵੱਖ ਵੱਖ ਆਈਟਮਾਂ ਨੇ ਉਹ ਇਹਨਾਂ ਨੇ ਉੱਥੋਂ ਮੌਕੇ ਤੋਂ ਕਬਜ਼ੇ ਵਿੱਚ ਲਏ ਨੇ। ਔਰ ਜਿਹੜੇ ਇਹ 9 ਦੇ 9 ਟਰੱਕ ਡਰਾਈਵਰ ਨੇ ਇਹ ਵੀ ਗ੍ਰਿਫਤਾਰ ਕਰ ਲਏ ਨੇ। ਔਰ ਜਿਹੜੇ ਉਹ ਤਿੰਨੇ ਕੁਆੜੀਏ ਹੈ, ਤਿੰਨਾਂ ਕੁਆੜੀਆਂ ਨੂੰ ਵੀ ਕੱਲ੍ਹ ਇਹਨਾਂ ਨੇ ਮੁਕੱਦਮੇ 'ਚ ਗ੍ਰਿਫਤਾਰ ਕਰ ਲਿਆ। ਔਰ ਜਿਹੜਾ ਇਹਨਾਂ ਨੇ ਸਰੀਆ ਵਿੱਚ ਮਤਲਬ ਲੋਹੇ ਦਾ ਸਮਾਨ ਟਰੱਕ ਡਰਾਈਵਰਾਂ ਨੇ ਜੋ ਵੇਚਿਆ ਸੀ ਉਹ ਵੀ ਪੁਲਿਸ ਨੇ ਬਰਾਮਦ ਕਰ ਲਿਆ। ਈਵਨ ਪੁਲਿਸ ਨੇ ਚਾਰੇ ਪਾਸਿਓਂ ਨਾਕਾਬੰਦੀ ਕੀਤੀ ਹੋਈ ਸੀ। ਕੁਝ ਜਿਹੜੇ ਟਰੱਕ ਡਰਾਈਵਰ ਸਮਾਨ ਵੇਚ ਕੇ ਪੈਸੇ ਵੀ ਜਿਨ੍ਹਾਂ ਨੇ ਲੈ ਲਏ ਸੀ ਉਹ ਪੈਸੇ ਵੀ ਪੁਲਿਸ ਨੇ ਬਰਾਮਦ ਕਰ ਲਏ। ਜਿਵੇਂ ਸਰੀਆ ਜਿਹੜਾ ਜੇ 2 ਕੁਇੰਟਲ ਆ ਤਾਂ 2000 ਰੁਪਈਆ, ਕਿਸੇ ਨੂੰ 2500 ਰੁਪਈਆ, ਕਿਸੇ ਨੂੰ 1000 ਰੁਪਈਆ। ਜਿਵੇਂ ਆਪਾਂ ਕਹਿੰਦੇ ਵੀ ਚੋਰਾਂ ਦੇ ਕੱਪੜੇ ਡਾਂਗਾਂ ਦੇ ਗਾਜ਼ ਵਾਲੀ ਗੱਲ ਹੈ। ਔਰ ਇਹਨਾਂ 'ਚੋਂ ਇੱਕ ਕੁਆੜੀਆ ਇਹੋ ਜਿਹਾ ਜਿਹਨੇ ਉੱਥੇ ਆਪਣੀ ਇੱਕ ਦੁਕਾਨ ਟਾਈਪ ਵੀ ਬਣਾਈ ਹੋਈ ਹੈ। ਉਹ ਜਿਹੜਾ ਸਮਾਨ ਮੋਸਟਲੀ ਟਰੱਕ ਡਰਾਈਵਰਾਂ ਤੋਂ ਲੈਂਦੇ ਆ ਚੋਰੀ, ਉਹ ਥੋੜ੍ਹਾ ਥੋੜ੍ਹਾ ਸਮਾਨ ਲਿਆ ਕੇ ਵੀ ਉੱਥੇ ਰੱਖਿਆ ਹੋਇਆ ਤਾਂ ਉਹਦੇ ਬਿੱਲ ਬਣਾ, ਜਿੱਥੋਂ ਆਪ ਲਿਆਉਂਦਾ ਉਹਦੇ ਬਿੱਲ ਰੱਖਦਾ ਤਾਂ ਕਿ ਪੁਲਿਸ ਨੂੰ ਅਤੇ ਆਮ ਲੋਕਾਂ ਦੀਆਂ ਅੱਖਾਂ 'ਚ ਘੱਟਾ ਪੈ ਸਕੇ ਕਿ ਮੈਂ ਤਾਂ ਨਵਾਂ ਬਿਜ਼ਨਸ ਕਰਦਾ। ਤਾਂ ਸਾਡੀ ਟੀਮ ਨੇ ਕੱਲ੍ਹ ਬੜੀ ਹੁਸ਼ਿਆਰੀ ਨਾਲ ਇਹਨੂੰ ਸਾਰਾ ਵਾਚ ਕਰਕੇ ਇਹਦੀ ਬਕਾਇਦਾ ਕਈ ਵੀਡੀਓ ਬਣਾਈ ਮਾਲ ਦਿੰਦਿਆਂ ਦੀਆਂ ਤਾਂ ਕਿ ਕੱਲ੍ਹ ਨੂੰ ਇਹ ਪੁਲਿਸ 'ਤੇ ਐਲੀਗੇਸ਼ਨ ਨਾ ਲਾ ਸਕਣ ਕਿ ਇਹ ਤਾਂ ਮਾਲ ਸਾਡਾ ਸੀ। ਔਰ ਇਸ ਕੰਮ ਦੇ ਵਿੱਚ ਕੱਲ੍ਹ ਸਾਡੇ ਕੋਲ 3-4 ਟਰੱਕ ਕਿਸੇ ਕੰਪਨੀ ਦੇ ਸੀ, ਉਹਨਾਂ ਨੇ ਇਸ ਗੱਲ ਨੂੰ ਐਪਰੀਸ਼ੀਏਟ ਵੀ ਕੀਤਾ ਕਿ ਕਾਫੀ ਦੇਰ ਤੋਂ ਸਾਨੂੰ ਡਾਊਟ ਸੀ ਲੇਕਿਨ ਇਹ ਕਾਬੂ ਨਹੀਂ ਸੀ ਆ ਰਹੇ। ਇਸ ਕਰਕੇ ਅਸੀਂ 408, 413, 411 IPC ਦੇ ਤਹਿਤ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕਰਾਂਗੇ। ਬਿਲਕੁਲ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ। ਅੱਜ ਲੱਗਦਾ ਸੀ ਕਿ ਜਿਵੇਂ ਇਹਨਾਂ ਕੁਆੜੀਆਂ ਨੂੰ ਅਤੇ ਟਰੱਕਾਂ ਵਾਲਿਆਂ ਨੂੰ ਕੋਈ ਡਰ ਹੀ ਨਾ ਹੋਵੇ, ਇੰਝ ਲੱਗਦਾ ਸੀ ਵੀ ਇਹਨਾਂ ਨੂੰ ਕੋਈ ਡਰ ਹੀ ਨਾ ਹੋਵੇ। ਔਰ ਇਹ ਪਿਛਲੇ ਕਾਫੀ ਅਰਸੇ ਤੋਂ ਇਹ ਚੱਲ ਰਿਹਾ ਸੀ ਤਾਂ ਹੀ ਸਾਰਾ ਪੁਲਿਸ ਨੇ ਟਰੈਪ ਲਾ ਕੇ ਇਹਨਾਂ ਨੂੰ ਰੈੱਡ ਹੈਂਡਡ ਜਿਹੜਾ ਗ੍ਰਿਫਤਾਰ ਕੀਤਾ। ਬਿਲਕੁਲ ਕੁਆੜੀਏ ਪਹਿਲੋਂ ਵੀ ਕਰਦੇ ਸੀ। ਔਰ ਤੁਸੀਂ ਇਹ ਦੇਖੋ 9 ਟਰੱਕ ਇੱਕੇ ਵਾਰਾਂ ਫੜੇ ਜਾਣੇ ਇੱਕ ਬਹੁਤ ਵੱਡੀ ਗੱਲ ਹੈ। ਜੇ ਮਤਲਬ ਇਹਨੂੰ ਹੋਰ ਥੋੜ੍ਹਾ ਜਿਹਾ ਤਰੀਕੇ ਨਾਲ ਵਾਚ ਕਰਕੇ ਕਰਿਆ ਜਾਂਦਾ ਤਾਂ ਮੇਰੇ ਹਿਸਾਬ ਨਾਲ ਇੱਕ ਰਾਤ 'ਚ, ਕਿਉਂਕਿ ਇਹਨਾਂ ਦਾ ਕੰਮ ਜ਼ਿਆਦਾ ਰਾਤ ਨੂੰ ਚੱਲਦਾ, ਇੱਕ ਰਾਤ 'ਚ ਇਹ ਘੱਟੋ ਘੱਟ 40-50 ਟਰੱਕਾਂ ਤੋਂ ਮਾਲ ਲੈਂਦੇ ਆ। ਇਹਨਾਂ ਨੇ ਆਪਣੇ ਉੱਥੇ ਕੰਡੇ ਲਾਏ ਹੋਏ ਨੇ ਬਾਹਰ ਸੜਕ 'ਤੇ। ਔਰ ਇਹਨਾਂ ਦੀ ਇੱਕ ਨਿਸ਼ਾਨੀ ਕੀ ਹੈ, ਇਹ ਕੰਡੇ ਚੱਲਦੀ ਛੱਡ ਦਿੰਦੇ, ਬਾਹਰਲੀਆਂ ਲਾਈਟਾਂ ਨਹੀਂ ਜਗਾਉਂਦੇ, ਕੰਡੇ ਦੀ ਲਾਈਟ ਚੱਲਦੀ ਛੱਡਦੇ ਆ। ਔਰ ਉਹ ਕੰਡੇ ਦੀ ਲਾਈਟ ਦੇਖ ਕੇ ਹੀ ਟਰੱਕ ਡਰਾਈਵਰ ਉੱਥੇ ਆ ਕੇ ਰੁਕਦਾ। ਸਰ ਕਿੰਨੇ ਡਰਾਈਵਰ ਅਤੇ ਕਿੰਨੇ ਕੁਆੜੀਏ ਇਹਦੇ 'ਚ ਨਾਮਜ਼ਦ ਕੀਤੇ ਗਏ ਨੇ? ਇਹਦੇ ਵਿੱਚ 9 ਟਰੱਕ ਨੇ ਜਿਨ੍ਹਾਂ ਨੇ ਮਾਲ ਇੱਥੇ ਵੇਚਿਆ ਚੋਰੀ, ਉਹ 9 ਹੀ ਉਹਦੇ ਡਰਾਈਵਰ ਨੇ ਅਤੇ 3 ਕੁਆੜੀਏ ਨੇ ਜਿਨ੍ਹਾਂ ਦੇ ਖਿਲਾਫ਼ ਮੁਕੱਦਮਾ ਦਰਜ ਹੋ, ਇੱਕ ਮੌਕੇ ਤੋਂ ਫਰਾਰ ਹੋ ਗਿਆ। 2 ਕੁਆੜੀਆਂ ਦੀ ਅਰੈਸਟ ਪੈ ਚੁੱਕੀ ਹੈ, 1 ਦੀ ਗ੍ਰਿਫਤਾਰੀ ਅਜੇ ਬਾਕੀ।